ਸਸ਼ਵੇਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਟਵਾੜੇ ਨਾਲ ਅਨੂ ਚੋਪੜਾ ਬਲਕੌਰ ਸਿੰਘ ਸਿੱਧੂ ਉਹਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕਿਆ ਜੀ ਹਾਂ ਤੁਹਾਨੂੰ ਦੱਸ ਹੈ ਕਿ ਲਗਾਤਾਰ ਕਈ ਦਿਨਾਂ ਤੋਂ ਜੋ ਹੈ ਖਬਰਾਂ ਚੱਲ ਰਹੀਆਂ ਹਨ ਕਿ ਉਹ ਜੋ ਹੈ ਆਜ਼ਾਦ ਤੌਰ ਤੇ ਆਜ਼ਾਦ ਉਮੀਦਵਾਰ ਵਜੋਂ ਜੋ ਹੈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਤਰਨਗੇ ਮੈਦਾਨ ਦੇ ਵਿੱਚ ਉਤਰਨਗੇ ਤੇ ਉਹਨਾਂ ਦੇ ਵੱਲੋਂ ਚੋਣਾਂ ਲੜੀਆਂ ਜਾਣਗੀਆਂ ਲੇਕਿਨ ਹੁਣ ਤੁਹਾਨੂੰ ਦੱਸ ਹੈ ਕਿ ਅੱਜ ਦੀ ਕਹਿ ਲੈ ਕਿ ਵੱਡੀ ਖਬਰ ਜੋ ਇਹ ਬਣ ਸਕਦੀ ਹੈ ਕਿਉਂਕਿ ਅੱਜ ਤੁਹਾਨੂੰ ਦੱਸ ਹੈ ਕਿ ਕਾਂਗਰਸ ਦੇ ਲੀਡਰ ਅਰਪਰਤਾਪ ਸਿੰਘ ਬਾਜਵਾ ਨਾਲੀ ਨਾਲ ਕਾਂਗਰਸ ਵੱਲੋਂ ਬਠਿੰਡਾ ਤੋਂ ਐਲਾਨੇ ਗਏ ਉਮੀਦਵਾਰ ਜੀਤ ਮੋਹਿੰਦਰ ਸਿੰਘ ਸਿੱਧੂ ਜੋ ਹੈ ਅੱਜ ਬਲਕੌਰ ਸਿੰਘ ਸਿੱਧੂ ਉਹਨਾਂ ਦੇ ਨਾਲ ਮੁਲਾਕਾਤ ਕਰਨ ਲਈ ਉਹਨਾਂ ਦੇ ਘਰ ਪਹੁੰਚ ਰਹੇ ਨੇ ਹੋ ਸਕਦਾ ਦੁਪਹਿਰ ਬਾਅਦ ਜੋ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਵੇ ਇਹਨਾਂ ਦੋਨਾਂ ਲੀਡਰਾਂ ਦੇ ਵੱਲੋਂ ਸਦਸਕ ਇਸ ਤੋਂ ਬਾਅਦ ਕਿਤੇ ਨਾ ਕਿਤੇ ਹੁਣ ਇਹ ਕਿਆਸਰਾਂੀਆਂ ਲਗਾਈਆਂ ਜਾ ਰਹੀਆਂ ਹਨ ਕਿ ਜਿਹੜੇ ਬਲਕੌਰ ਸਿੰਘ ਸਿੱਧੂ ਨੇ ਉਹ ਅ ਬਟੰਡਾ ਤੋਂ ਚੋਣ ਲੜ ਸਕਦੇ ਨੇ ਕਾਂਗਰਸ ਦੇ ਵੱਲੋਂ ਕਿਉਂਕਿ ਜਿਸ ਤਰ੍ਹਾਂ ਤਰੀਜਿਸ ਤਰੀਕੇ ਦੇ ਨਾਲ ਬੀਤੇ ਕਈ ਦਿਨਾਂ ਤੋਂ ਜੋ ਹੈ ਕਈ ਸਿਆਸੀ ਪਾਰਟੀਆਂ ਬਲਕੌਰ ਸਿੰਘ ਸਿੱਧੂ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੀ ਇੱਛਕ ਸੀਗੀਆਂ ਲਾਈਨ ਦੇ ਵਿੱਚ ਲੱਗੀਆਂ ਹੋਈਆਂ ਸੀ ਕਈ ਸਿਆਸੀ ਪਾਰਟੀਆਂ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਸੋ ਹੁਣ ਜੋ ਹੈ ਦੇਖਿਆ ਜਾਵੇ ਤਾਂ ਹੋਰ ਕਿਸੇ ਪਾਰਟੀ ਦੇ ਨਾਲ ਜੋ ਹੈ ਉਹਨਾਂ ਦੇ ਵੱਲੋਂ ਮੁਲਾਕਾਤ ਨਹੀਂ ਕੀਤੀ ਗਈ ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਲੇਕਿਨ ਇਹ ਖਬਰਾਂ ਜ਼ਰੂਰ ਪਿਛਲੇ ਦਿਨੀ ਚੱਲੀਆਂ ਸੀਗੀਆਂ ਉਹਨਾਂ ਦੇ ਵੱਲੋਂ ਇਹ ਜਿਹੜੇ ਪਰਿਵਾਰਿਕ ਮੈਂਬਰ ਉਹਨਾਂ ਦੇ ਨੇੜਲੇ ਸੰਬੰਧਤ ਸੀਗੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਉਹ ਆਜ਼ਾਦ ਉਮੀਦਵਾਰ ਜਵਜੋ ਜੁੜੇ ਮੈਦਾਨ ਦੇ ਵਿੱਚ ਉਤਰਣਗੇ ਤੇ ਚੋਣ ਲੜਨਗੇ ਲੇਕਿਨ ਹੁਣ ਜੋ ਹੈ ਤੁਹਾਨੂੰ ਦੱਸਦੇ ਕਿ ਖਬਰਾਂ ਆ ਰਹੀਆਂ ਹਨ ਕਿ ਅੱਜ ਜਿਹੜਾ ਉਹਨਾਂ ਦੇ ਨਾਲ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਜਾਵੇਗੀ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਤੇ ਨਾਲ ਹੀ ਨਾਲ ਬਟਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮੋਹਿੰਦਰ ਸਿੰਘ ਸਿੱਧੂ ਦੇ ਨਾਲ ਵੀ ਜਿਹੜਾ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਜਾਵੇਗੀ ਸੋ ਉਹਨਾਂ ਕਿ ਤਨਾਕ ਤੇ ਕਹਿ ਲੈ ਕਿ ਇਹ ਕਿੱਸ ਰਹੀਆਂ ਲਗਨੀਆਂ ਸ਼ੁਰੂ ਹੋ ਚੁੱਕੀਆਂ ਨੇ ਕਿ ਹੋ ਸਕਦਾ ਹੈ ਕਿ ਕਾਂਗਰਸ ਦੇ ਵਿੱਚ ਜੋ ਹੈ ਮਲਕੌਰ ਸਿੰਘ ਸਿੱਧੂ ਦੀ ਐਂਟਰੀ ਹੋ ਜਾਵੇ ਤਾਂ ਉਸ ਤੋਂ ਬਾਅਦ ਉਹ ਬਠਿੰਡਾ ਤੋਂ ਜੋ ਹੈ ਕਾਂਗਰਸ ਵੱਲੋਂ ਮੈਦਾਨ ਦੇ ਵਿੱਚ ਉਤਰਨ ਸੋ ਕਿ ਤਨਾ ਕਿਤੇ ਹੁਣ ਕਹਿ ਲੈ ਕਿ ਇਹ ਖਬਰਾਂ ਤੇ ਜਿਹੜੀ ਹੈ ਮੋਹਰ ਲੱਗ ਸਕਦੀ ਹੈ ਦੁਪਹਿਰ ਬਾਅਦ ਲੇਕਿਨ ਅਲੇ ਤੱਕ ਜੋ ਹੈ ਇਸ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹਾਲਾਂਕਿ ਉਹ ਬਾਅਦ ਦੇ ਵਿੱਚ ਜਿਹੜਾ ਸਮਾਂ ਦੱਸੇਗਾ ਕਿ ਕੁਝ ਹੋਵੇਗਾ ਲੇਕਿਨ ਫਿਲਹਾਲ ਜੋ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਉਸ ਦੇ ਮੁਤਾਬਿਕ ਤਾਂ ਉਹ ਦੱਸੇ ਕਿ ਬਲਕੌਰ ਸਿੰਘ ਸਿੱਧੂ ਜੋ ਹੈ ਪਹਿਲਾਂ ਜੋ ਆਜ਼ਾਦ ਉਮੀਦਵਾਰ ਵਜੋਂ ਚੌਂ ਮੈਦਾਨ ਦੇ ਵਿੱਚ ਉਤਰਨ ਦੀ ਤਿਆਰੀ ਵੀ ਦੇ ਵਿੱਚ ਸੀਗੇ ਹੁਣ ਹੋ ਸਕਦਾ ਹੈ ਕਿ ਉਹ ਕਾਂਗਰਸ ਵੱਲੋਂ ਬਠਿੰਡਾ ਦੇ ਵਿੱਚ ਚੋਣ ਲੜਨ ਹਾਲਾਂਕਿ ਉਹਨਾਂ ਕਾਂਗਰਸ ਵੱਲੋਂ ਜਿਹੇ ਜੀਤ ਮੋਹਿੰਦਰ ਸਿੰਘ ਸਿੱਧੂ ਨੂੰ ਟਿਕਟ ਦੇ ਦਿੱਤੀ ਗਈ ਹੈ ਕੈਂਡੀਡੇਟ ਐਲਾਨ ਦਿੱਤਾ ਗਿਆ ਲੇਕਿਨ ਉਹ ਨਾ ਜਿਸ ਤਰੀਕੇ ਦੇ ਨਾਲ ਉਹ ਅੱਜ ਬਲਕੌਰ ਸਿੰਘ ਸਿੱਧੂ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚ ਰਹੇ ਨੇ ਹੋ ਸਕਦਾ ਹੈ ਕਿ ਕੋਈ ਗੱਲਬਾਤ ਉੱਥੇ ਕੀਤੀ ਜਾਵੇ ਹੋ ਸਕਦਾ ਹੈ ਕਿ ਉੱਥੇ ਬਲਕੌਰ ਸਿੰਘ ਸਿੱਧੂ ਜੇਕਰ ਮਨਜਾਨ ਚੋਣ ਲੜਨ ਦੇ ਲਈ ਕਾਂਗਰਸ ਦੇ ਵੱਲੋਂ ਤਾਂ ਹੋ ਸਕਦਾ ਹੈ ਕਿ ਕਾਂਗਰਸ ਜੁਆ ਹੈ ਉਹਨਾਂ ਨੂੰ ਆਪਣੀ ਟਿਕਟ ਦੇ ਦੇਵੇ ਹੋ ਸਕਦਾ ਹੈ ਕਾਂਗਰਸ ਜੁਆ ਹੈ ਉਹਨਾਂ ਨੂੰ ਬਠਿੰਡਾ ਤੋਂ ਆਪਣਾ ਉਮੀਦਵਾਰ ਐਲਾਨ ਦੇਵੇ ਕਿਉਂਕਿ ਦੱਸਿਆ ਕਿ ਹਾਈ ਕਮਾਂਡ ਦੇ ਨਾਲ ਕਿਤੇ ਨਾ ਕਿਤੇ ਗੱਲਬਾਤ ਚੱਲ ਰਹੀ ਸੀ ਹਾਲਾਂਕਿ ਪਹਿਲਾਂ ਇਹ ਸੰਭਵ ਨਹੀਂ ਹੋ ਸਕਿਆ ਕਿ ਹੋ ਸਕਦਾ ਹੈ ਕਿ ਪਹਿਲਾਂ ਬਲਕੌਰ ਸਿੰਘ ਸਿੱਧੂ ਨਾ ਉਹਨਾਂ ਦੀ ਗੱਲ ਮੰਨੇ ਹੁਣ ਲੇਕਿਨ ਹੁਣ ਜੋ ਹੈ ਅੱਜ ਮੁਲਾਕਾਤ ਦੇ ਲਈ ਜੋ ਹੈ ਮੰਨਿਆ ਗਿਆ ਹੈ ਬਲਕੌਰ ਸਿੰਘ ਸਿੱਧੂ ਉਹਨਾਂ ਦੇ ਵੱਲੋਂ ਸੋ ਅੱਜ ਜੋ ਹੈ ਮੁਲਾਕਾਤ ਹੋਣ ਜਾ ਰਹੀ ਹੈ ਕਾਂਗਰਸ ਦੇ ਵੱਡੇ ਲੀਡਰਾਂ ਦੇ ਨਾਲ ਬਲਕੌਰ ਸਿੰਘ ਸਿੱਧੂ ਉਹਨਾਂ ਦੀ ਤਾਂ ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਜਾ ਵੜਿੰਗ ਵੀ ਹੋ ਸਕਦਾ ਹੈ ਕਿ ਉੱਥੇ ਮੌਜੂਦ ਰਹਿਣ ਇਸ ਮੀਟਿੰਗ ਦੇ ਦੌਰਾਨ ਜੋ ਬਲਕੌਰ ਸਿੰਘ ਸਿੱਧੂ ਤੇ ਪ੍ਰਤਾਪ ਸਿੰਘ ਬਾਜਵਾ ਵਿਚਾਰ ਹੋਵੇਗੀ ਸੋ ਕਿਤੇ ਨਾ ਕਿਤੇ ਕਹਲੇ ਕਿ ਹੁਣ ਅੱਜ ਦੀ ਵੱਡੀ ਖਬਰ ਜੋ ਹੈ ਇਹ ਪਾਸ ਸਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਜੇਕਰ ਦੇਖਿਆ ਜਾਵੇ ਤਾਂ ਬਠਿੰਡਾ ਲੋਕ ਸਭਾ ਕਾ ਇਸ ਵੇਲੇ ਹੌਟ ਸੀਟ ਬਣਿਆ ਹੋਇਆ ਕਿਉਂਕਿ ਵਕ ਵਕ ਜਿਹੜੇ ਚਿਹਰੇ ਇਥੋਂ ਦੀਆਂ ਪਾਰਟੀਆਂ ਦੇ ਵੱਲੋਂ ਐਲਾਨੇ ਗਏ ਨੇ ਵੱਡੇ ਚਿਹਰੇ ਨੇ ਵੱਡੇ ਇਥੇ ਫੇਰ ਬਦਲ ਹੋਏ ਨੇ ਤਾਂ ਉਸ ਦੇ ਵਿੱਚ ਕਿਤੇ ਨਾ ਕਿਤੇ ਜੇਕਰ ਦੇਖਿਆ ਜਾਵੇ ਤਾਂ ਹਰਸਮਰਤ ਕੌਰ ਬਾਦਲ ਜੂਏ ਉਹ ਮੈਦਾਨ ਦੇ ਵਿੱਚ ਨੇ ਤੇ ਨਾਲ ਹੀ ਨਾਲ ਮਲੂਕਾ ਪਰਿਵਾਰ ਦੀ ਨੂੰ ਪਰਮਪਾਲ ਕੌਰ ਮਲੂਕਾ ਵੀ ਇਥੇ ਜਿਹੜੇ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਭਾਜੀਪੀ ਦੇ ਵੱਲੋਂ ਸੋ ਦੇਖਿਆ ਜਾਵੇ ਤਾਂ ਕਾਫੀ ਮੁੱਖ ਮੁਕਾਬਲਾ ਜਿਹੜਾ ਉਹ ਹੋਣ ਵਾਲਾ ਸੋ ਕਿਤੇ ਨਾ ਕਿਤੇ ਇਥੇ ਜੇਕਰ ਬਲਕੌਰ ਸਿੰਘ ਸਿੱਧੂ ਕਾਂਗਰਸ ਦੇ ਵੱਲੋਂ ਮੈਦਾਨ ਦੇ ਵਿੱਚ ਉਤਰੇ ਦੇ ਨੇ ਤਾਂ ਇੱਥੇ ਵੱਡਾ ਪ੍ਰਭਾਵ ਜੋ ਹੈ ਉਪਾਸਕ ਦੇ ਨੇ ਵੋਟ ਬੈਂਕ ਤੇ ਵੱਡਾ ਪ੍ਰਭਾਵ ਜੋ ਹੈ ਉੱਥੇ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਜਸਤਨਾ ਸਿੱਧੂ ਮੂਸੇਵਾਲਾ ਆਪਣੇ ਦੇਹਾਂਤ ਤੋਂ ਪਹਿਲਾਂ ਜਿਸ ਤਰ੍ਹਾਂ ਚ ਉਹਨਾਂ ਦੇ ਵਿੱਚ ਉਸਨੇ ਗਦਰ ਰੱਖਿਆ ਸੀਗਾ ਤਾਂ ਉਸ ਤੋਂ ਹਾਲਾਂਕਿ ਉਹਨਾਂ ਹੰਗਾਰਾ ਨਹੀਂ ਮਿਲਿਆ ਜਿੰਨਾ ਜਿਸ ਦੀ ਆਸ ਕੀਤੀ ਜਾ ਰਹੀ ਸੀ ਜਿਸ ਦੀ ਉਮੀਦ ਕੀਤੀ ਜਾ ਰਹੀ ਸੀ ਲੇਕਿਨ ਉਸ ਦੇ ਬਾਵਜੂਦ ਜੋ ਹੈ ਹੁਣ ਜਿਸ ਤਰ੍ਹਾਂ ਇਨਸਾਫ ਦੀ ਗੁਹਾਰ ਪਿਛਲੇ 2 ਸਾਲਾਂ ਤੋਂ ਲਗਾਈ ਜਾ ਰਹੀ ਹੈ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਵੱਲੋਂ ਸੋ ਅਜਿਹੇ ਦੇ ਵਿੱਚ ਜੇਕਰ ਉਹ ਇਨਸਾਫ ਲੈਣ ਦੇ ਲਈ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਕਾਫੀ ਜਿਹੜਾ ਵੱਡੀ ਗਿਣਤੀ ਦੇ ਵਿੱਚ ਵੋਟਾਂ ਪੈਣ ਕਿਉਂਕਿ ਕਾਫੀ ਸਮਰਥਕ ਜੋ ਹੈ ਸਿੱਧੂ ਮੂਸੇਵਾਲਾ ਦੇ ਉਹਨਾਂ ਦੇ ਨਾਲ ਨੇ ਸੋ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਸੀ ਬਲਕੌਰ ਸਿੰਘ ਸਿੱਧੂ ਉਹਨਾਂ ਨੂੰ ਕਿ ਤੁਸੀਂ ਆਪਣੇ ਪੁੱਤ ਦੇ ਇਨਸਾਫ ਲਈ ਚੋਣ ਮੈਦਾਨ ਦੇ ਵਿੱਚ ਉਤਰੋ ਤਾਂ ਜੋ ਤੁਸੀਂ ਇੱਕ ਵੱਡੇ ਪੱਧਰ ਤੱਕ ਜੋ ਹੈ ਆਪਣੀ ਆਵਾਜ਼ ਪਹੁੰਚਾ ਸਕਦੇ ਹੋ ਸੋ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਉਹਨਾਂ ਦੀਆਂ ਗੱਲਾਂ ਮੰਨ ਕੇ ਜੋ ਹੈ ਉਹ ਚੋਨ ਮੈਦਾਨ ਦੇ ਵਿੱਚ ਉਤਰਨ ਦੀ ਤਿਆਰੀ ਕਰ ਰਹੇ ਸੀ ਆਜ਼ਾਦ ਉਮੀਦਵਾਰ ਵੱਜੋਂ ਲੇਕਿਨ ਹੁਣ ਜਦ ਕਾਂਗਰਸ ਨੂੰ ਪਤਾ ਚੱਲਿਆ ਕਿ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਇਹ ਚੱਲ ਰਿਹਾ ਹੈ ਕਿ ਉਹ ਮੈਦਾਨ ਦੇ ਵਿੱਚ ਉਤਰਨਗੇ ਤਾਂ ਕਾਂਗਰਸ ਜੋ ਹੈ ਹੁਣ ਕਹਿ ਸਕਦੇ ਆ ਜਾਂ ਇਹ ਮੰਨਿਆ ਜਾ ਰਿਹਾ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਹੋ ਸਕਦਾ ਹੈ ਕਿ ਕਾਂਗਰਸ ਨੂੰ ਜਦ ਪਤਾ ਚੱਲ ਗਿਆ ਕਿ ਉਹਨਾਂ ਨੂੰ ਬਲਕੌਰ ਸਿੰਘ ਸਿੱਧੂ ਉਹਨਾਂ ਦੇ ਮਨ ਦੇ ਵਿੱਚ ਇਹ ਚੱਲ ਰਹੀ ਹੈ ਤੇ ਕਾਂਗਰਸ ਜੋ ਉਹਨਾਂ ਨੂੰ ਮਨਾਉਣ ਦੇ ਲਈ ਪਹੁੰਚ ਰਹੀ ਹੈ ਸੋ ਅੱਜ ਜੋ ਹੈ ਮੁਲਾਕਾਤ ਕੀਤੀ ਜਾਵੇਗੀ ਬਲਕੌਰ ਸਿੰਘ ਸਿੱਧੂ ਉਹਨਾਂ ਦੇ ਨਾਲ ਤੇ ਕਿਹੜੀ ਅਗਲੀ ਰਣਨੀਤੀ ਵੜਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਇਸ ਮੁਲਾਕਾਤ ਦੇ ਵਿੱਚ ਉਸ ਨੂੰ ਲੈ ਕੇ ਵੀ ਜ਼ਰੂਰ ਵੱਡੇ ਜਿਹੜੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਲੇਕਿਨ ਹੁਣ ਇੱਕ ਵੱਡਾ ਸਵਾਲ ਜੋ ਹੈ ਇਹ ਹੀ ਹੋਵੇਗਾ ਕਿ ਕਾਂਗਰਸ ਦੇ ਵਿੱਚ ਬਲਕੌਰ ਸਿੰਘ ਸਿੱਧੂ ਦੀ ਐਂਟਰੀ ਹੋਣ ਜਾ ਰਹੀ ਹੈ ਕਿ ਬਲਕੌਰ ਸਿੰਘ ਸਿੱਧੂ ਕਾਂਗਰਸ ਦੇ ਵੱਲੋਂ ਬਠਿੰਡਾ ਸੀਟ ਤੋਂ ਚੋਣ ਲੜਨਗੇ ਸੋ ਇਹ ਵੱਡੇ ਸਵਾਲ ਨੇ ਲੇਕਿਨ ਇਹ ਸਾਰੇ ਸਵਾਲ ਜੋ ਹੈ ਅੱਜ ਦੁਪਹਿਰ ਬਾਅਦ ਤੱਕ ਕਲੀਅਰ ਹੋ ਸਕਣਗੇ ਸਥਿਤੀ ਜਿਹੜੀ ਹੈ ਸਪਸ਼ਟ ਹੋਵੇਗੀ ਦੁਪਹਿਰ ਬਾਅਦ ਜਦ ਮੀਟਿੰਗ ਹੋਵੇਗੀ ਤਾਂ ਮੀਟਿੰਗ ਤੋਂ ਬਾਅਦ ਹੁਣ ਕਿਹੜੇ ਤੇ ਨਿਕਲ ਕੇ ਸਾਹਮਣੇ ਆਂਦੇ ਨੇ ਮੁਲਾਕਾਤ ਤੋਂ ਬਾਅਦ ਕਿ ਕੁਝ ਗੱਲਾਂ ਨਿਕਲ ਕੇ ਸਾਹਮਣੇ ਆਦੀਆਂ ਨੇ ਉਹ ਜ਼ਰੂਰ ਦੇਖਣ ਵਾਲੀ ਗੱਲ ਹੋਵੇਗੀ ਲੇਕਿਨ ਫਿਲਹਾਲ ਆਪਾਂ ਕਹੇ ਲੈ ਕਿ ਵੱਡਾ ਮੁਕਾਬਲਾ ਜੋ ਹੈ ਜ਼ਰੂਰ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਵੱਡੇ ਮੁੱਖ ਚਿਹਰੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲੇ ਹੀ ਦੱਸਿਆ ਕਿ ਵੱਡੇ ਚਿਹਰੇ ਨੇ ਪਲੰਪ ਪਰਮਪਾਲ ਕੌਰ ਸਿੱਧੂ ਨੇ ਜਿਹੜੇ ਮੱਲੂਕਾ ਪਰਿਵਾਰ ਦੇ ਨੂੰ ਤੇ ਨਾਰੀ ਨਾਲ ਜੀਤ ਮੋਹਿੰਦਰ ਸਿੰਘ ਸਿੱਧੂ ਜਿਨੂੰ ਕਾਂਗਰਸ ਦੇ ਵੱਲੋਂ ਉਤਾਰਿਆ ਗਿਆ ਹਾਲਾਂਕਿ ਹੋ ਸਕਦਾ ਹੈ ਕਿ ਹੁਣ ਉਹਨਾਂ ਦਾ ਪੱਤਾ ਸ਼ਾਇਦ ਕਟ ਹੋ ਜਾਵੇ ਜੇਕਰ ਅੱਜ ਦੀ ਮੁਲਾਕਾਤ ਦੇ ਵਿੱਚ ਬਲਕੌਰ ਸਿੰਘ ਸਿੱਧੂ ਉਹਨਾਂ ਦੀ ਗੱਲ ਮੰਨ ਜਾਂਦੇ ਨੇ ਕਾਂਗਰਸ ਦੀ ਗੱਲ ਮੰਨ ਜਾਂਦੇ ਨੇ ਤੇ ਉਹ ਰਾਜ਼ੀ ਹੋ ਜਾਂਦੇ ਨੇ ਕਾਂਗਰਸ ਦੇ ਵੱਲੋਂ ਚੋਣ ਲੜਨ ਨੂੰ ਲੈ ਕੇ ਬਠਿੰਡਾ ਤੋਂ ਤਾਂ ਹੋ ਸਕਦਾ ਹੈ ਕਿ ਬਲਕੌਰ ਸਿੰਘ ਸਿੱਧੂ ਉਹਨਾਂ ਨੂੰ ਟਿਕਟ ਦੇ ਦਿੱਤੀ ਜਾਵੇ ਬਠਿੰਡਾ ਤੋਂ ਤਾਂ ਇਸ ਅਜਿਹੇ ਦੇ ਵਿੱਚ ਜੀਤ ਮੋਹਿੰਦਰ ਸਿੰਘ ਸਿੱਧੂ ਦਾ ਪਰਤਾ ਜੋ ਹੈ ਉਹ ਕਟ ਹੋ ਸਕਦਾ ਹੈ ਲੇਕਿਨ ਉੱਤੇ ਹੀ ਤੁਹਾਨੂੰ ਦੱਸ ਦੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਵੱਡਾ ਚਿਹਰਾ ਜੋ ਹੈ ਇਥੇ ਉਤਾਰਿਆ ਗਿਆ ਗੁਰਮੀਤ ਸਿੰਘ ਕੁਡੀਆਂ ਜਿਨ੍ਹਾਂ ਦੇ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜੇ ਮਹਰੂਮ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਗਿਆ ਸੀ ਲੰਬੀ ਦੇ ਵਿੱਚ ਸੋ ਕਿਤੇ ਨਾ ਕਿਤੇ ਉਹ ਵੀ ਇੱਕ ਵੱਡਾ ਚਿਹਰਾ ਨੇ ਉਹਨਾਂ ਦੇ ਵੀ ਕਹਿ ਲੈ ਕਿ ਆਪਾਂ ਵੋਟ ਬੈਂਕ ਜ਼ਰੂਰ ਉੱਤੇ ਵੱਡਾ ਹੋ ਸਕਦਾ ਹੈ ਤੇ ਹਰਸਿਮਰਤ ਕੌਰ ਬਾਦਲ ਨੇ ਜੋ ਪਿਛਲੇ 3 ਸਾਲਾਂ ਤੋਂ ਲਗਾਤਾਰ ਜਿੱਤਦੇ ਆ ਰਹੇ ਨੇ ਇਥੋਂ ਦੀ ਸੋ ਕਿਤੇ ਨਾ ਕਿਤੇ ਹੁਣ ਹੋ ਸਕਦਾ ਹੈ ਕਿ ਸ਼ਾਇਦ ਬਦਲਾਂ ਦਾ ਗੜ ਇਥੋਂ ਦੀ ਖਤਮ ਹੋ ਜਾਵੇ ਜੇਕਰ ਬਲਕੌਰ ਸਿੰਘ ਸਿੱਧੂ ਮੈਦਾਨ ਦੇ ਵਿੱਚ ਉਤਰੋਂਦੇ ਨੇ ਸੋ ਤੁਹਾਨੂੰ ਦੱਸੇ ਕਿ ਇਥੇ ਵੱਡਾ ਮੁਕਮ ਮੁਕਾਬਲਾ ਜ਼ਰੂਰ ਦੇਖਣ ਨੂੰ ਮਿਲੇਗਾ ਤੇ ਵੱਡਾ ਪ੍ਰਭਾਵ ਜਿਹੇ ਬਲਕੌਰ ਸਿੰਘ ਸਿੱਧੂ ਇਥੇ ਬਠਿੰਡਾ ਲੋਕ ਸਭਾ ਸੀਟ ਤੇ ਜ਼ਰੂਰ ਪਾਉਣਗੇ ਸੋ ਕਿ ਕੁਝ ਹੁੰਦਾ ਹੈ ਬਲਕੌਰ ਸਿੰਘ ਸਿੱਧੂ ਦੇ ਵੱਲੋਂ ਹੁਣ ਕਿਹੜੇ ਵੱਡੇ ਫੇਰ ਬਦਲ ਜਾਂ ਕਹ ਲੈ ਕਿ ਵੱਡਾ ਕਿਹੜਾ ਵੱਡਾ ਸਿਆਸੀ ਠਮਾਕਾ ਹੁਣ ਕੀਤਾ ਜਾਂਦਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਉਸ ਔਰ ਦੇਖਣਾ ਹੋਵੇਗਾ ਤੇ ਕਿਸ ਤਰ੍ਹਾਂ ਹੋ ਹੁਣ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਦੇ ਹਨ ਸਿਆਸਤ ਦੇ ਵਿੱਚ ਆਪਣਾ ਪੈਰ ਰੱਖਦੇ ਹਨ ਜਾਂ ਫਿਰ ਨਹੀਂ ਉਹ ਵੀ ਅੱਜ ਪਤਾ ਚੱਲ ਜਾਵੇਗਾ ਸੋ ਕੀ ਕੁਝ ਹੋਵੇਗਾ ਉਸ ਨੂੰ ਲੈ ਕੇ ਜਾਣਕਾਰੀ ਜੁਏ ਤੋ ਹਰ ਤੱਕ ਪਹੁੰਚਾਂਦੇ ਰਵਾਂਗੇ ਫਿਲਹਾਲ ਦੇ ਲਈ ਦਿਓ ਇਜਾਜ਼ਤ ਤੇ ਦੇਖਦੇ ਰਹੋ ਅਜੀਤ ਵੈਬ ਟੀਵੀ